ਉਤੇ ਹੀ ਬੀਤੇ ਸਮੇਂ ਦੌਰਾਨ ਹੋਈਆਂ ਪੁਲਾਂ ਦੀ ਖਿਮਾ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਮੁੱਚੇ ਅਕਾਲੀ ਦਲ ਵੱਲੋਂ ਕੀਤੀ ਗਈ ਸੇਵਾ ਨੂੰ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੋਂਗ ਕਰਾਰ ਦਿੱਤਾ। ਬ੍ਰਹਮਪੁਰਾ ਨੇ ਆਖਿਆ ਕਿ ਜੇਕਰ ਬਾਦਲ ਮੁਆਫ਼ੀ ਹੀ ਮੰਗਣੀ ਚਾਹੁੰਦੇ ਨੇ ਤਾਂ ਇਹਨਾਂ ਲਾਭ ਲਸ਼ਕਰ ਲੈ ਕੇ ਆਉਣ ਦੀ ਕੀ ਜ਼ਰੂਰਤ ਸੀ, ਚੁੱਪਚਾਪ ਸ੍ਰੀ ਅਕਾਲ ਤਖ਼ਤ ਸਾਹਿਬ ਆਉਂਦੇ ਅਤੇ ਮੁਆਫ਼ੀ ਮੰਗ ਕੇ ਪਰਤ ਜਾਂਦੇ, ਜਦਕਿ ਵੋਟਰਾਂ ਕਾਰਨ ਬਾਦਲ ਪਿਓ ਪੁੱਤ ਨੇ ਅਜਿਹੀ ਡਰਾਮੇਬਾਜ਼ੀ ਕੀਤੀ ਹੈ। ਬਾਦਲ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੇ ਨੇ। ਅਕਾਲੀ ਦਲ ਜਿਹੜੀ ਇਹ ਭੁੱਲ ਵਸਾਉਣ ਆਇਆ, ਸਾਹਿਤ ਕੱਲ੍ਹ ਅਖਬਾਰ 'ਚ ਹੀ ਪੜ੍ਹਿਆ ਵਾ ਕਿ ਬਾਦਲ ਪਰਿਵਾਰ 'ਤੇ ਲੋਕ ਉਂਗਲਾਂ ਉਠਾਉਂਦੇ ਸੀ, ਅਕਾਲੀ ਦਲ 'ਤੇ ਲੋਕਾਂ ਨੇ ਉਂਗਲਾਂ ਉਠਾਈਆਂ, ਬਾਦਲ ਪਰਿਵਾਰ 'ਤੇ ਉਠਾਉਂਦੇ ਸੀ ਕਿ ਇਹਨਾਂ ਨੇ ਮਹਾਨ ਗਲਤੀਆਂ ਕੀਤੀਆਂ, ਸਿੱਖੀ ਦਾ ਦਾਨ ਕੀਤਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਜਿਹੜੀ ਉਹਨੂੰ ਠੇਸ ਪਹੁੰਚਾਈ ਆ, ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰ ਲਿਆ, ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦੇਤੀ ਆ, ਜਿਹੜਾ ਗੁਰੂ ਗੋਬਿੰਦ ਸਿੰਘ ਬਣ ਕੇ ਆਉਂਦਾ ਸੀ ਮੈਂ ਖੰਡੇ ਬਾਠੇ ਦਾ ਅੰਮ੍ਰਿਤ ਛਕਾਉਣਾ, ਜਿਹੜਾ ਬਰਗਾੜੀ ਕਾਂਡ ਹੋਇਆ ਵਾ ਜੱਲਾਂ ਵਾਲੇ ਬਾਗ ਅੱਗੂ ਇਹਨਾਂ ਨੇ ਜਿਹੜੀ ਉੱਥੇ ਨਿਰਦੋਸ਼ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ, ਉਹਨਾਂ ਨੂੰ ਮਾਰਤਾ, ਇਹ ਸਭ ਕੁਝ ਬਹੁਤ ਵੱਡੇ ਪਾਪ ਹੋਏ। ਆਰਥਿਕ ਤੌਰ 'ਤੇ ਇਹਨਾਂ ਦੇ ਰਾਜ ਦੇ ਵਿੱਚ ਪੰਜਾਬ 'ਚ ਕਮਜ਼ੋਰ ਹੋਇਆ, ਬੇਰੁਜ਼ਗਾਰੀ ਵਧੀ ਹੋਈ ਆ, ਅਨਇੰਪਲੋਇਮੈਂਟ ਜਿਹੜੀ ਆ ਉਹ ਵਧੀ ਆ, ਔਰ ਗਰੀਬ ਗਰੀਬ ਹੋਇਆ ਵਾ, ਜਿਹੜਾ ਲੁਟੇਰਾ ਵਾ ਜਿਹੜਾ ਸਰਮਾਏਦਾਰ ਆ ਉਹ ਹੋਰ ਸਰਮਾਏਦਾਰ ਹੋਇਆ ਵਾ, ਜਿਹੜਾ ਆਮ ਸਿੱਖ ਆ ਸਧਾਰਨ ਸਿੱਖ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਜਾਂਦਾ, ਰਿਸ਼ਤੇਦਾਰਾਂ ਨੂੰ ਲੈ ਕੇ ਜਾਂਦਾ, ਚੁੱਪ ਚ ਪੀਤੇ ਜਾਂਦਾ, ਜਾ ਕੇ ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਦਾ, ਅਰਦਾਸ ਕਰਦਾ, ਅਤੇ ਉਹ ਆਉਂਦਾ ਜੀ ਹੇ ਮਹਾਰਾਜ ਮਿਹਰ ਕਰ, ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰ। ਲਾਮ ਲਸ਼ਕਰ ਲੈ ਕੇ ਨਹੀਂ ਆਉਂਦਾ ਵੀ ਢੋਲ ਵੱਜਦੇ ਨਾ ਆਉਂਦਾ ਦਰਬਾਰ ਸਾਹਿਬ ਜਿਸ ਤਰ੍ਹਾਂ ਇਹ ਅੱਜ ਆਏ ਆ।